मारो ना ठीक है इन्हों फड़ के ना चुदरानियां लेके जाने ठीक है चुदरानी को ले चल मेरा पुत्र चलो मेरे पुत्र फड़े गए ना मार बीबी अगे जाके पता लग जाता चलो जलील इंसान चोर कमी ना और रोक रोक फाड़ो इन फड़ो मैं कहना और मलंगी इन फाड़े बाहर कटो मेरे भरा चोर की कोई सजा होनी चाहिए असि बच्चे चोर नहीं है बच्चा चोरी कर चलो चुदरानी आ जाती फैसला हो जाता है आ जाती चुदरानी ਐਵੇਂ ਕਹੀ ਜਾਂਦੇ ਨੇ ਬੱਚੇ ਅਗਵਾ ਕਰਦੇ ਨੇ ਬੱਚੇ ਅਗਵਾ ਕਰਦੇ ਨੇ ਅਸੀਂ ਕੋਈ ਕਿਸੇ ਦਾ ਬੱਚਾ ਅਗਵਾ ਨਹੀਂ ਓਏ ਇਧਰ ਓਏ ਚੁਰਾਣੀ ਆ ਗਈ ਉਹ ਕੀ ਹੋਇਆ ਕਿ ਇੱਥੇ ਤੁਸੀਂ ਸਿਆਪਾ ਪਾਇਆ ਕਿ ਕਿਉਂ ਬੰਨਿਆ ਅੱਜ ਇਹਨੂੰ ਜੀ ਮੈਂ ਬੰਨਿਆ ਕਿਉਂ ਬੱਚਾ ਇੱਕ ਗੱਲ ਹੈ ਜੀ ਉੱਤੇ ਮੈਂ ਹਲ ਵਾ ਰਿਆ ਸੀ ਸ਼ੋਰ ਸ਼ੋਰ ਸੁਣਿਆ ਵੀ ਚੋਰ 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 ਮੈਂ ਨਸ ਗਿਆ ਵੇਖਿਆ ਕਿ ਮੇਰਾ ਪੁੱਤਰ ਮੇਰਾ ਇੱਕੋ ਇੱਕ ਪੁੱਤਰ ਇਹ ਮੇਰਾ ਬੱਚਾ ਚੋਰੀ ਕਰ ਰਿਹਾ ਸੀ ਮੈਨੂੰ ਇਹ ਦੱਸ ਚੌਧਰੀ ਤੂੰ ਹੈ ਜਾਂ ਮੈਂ ਤੁਸੀਂ ਜੀ ਨਹੀਂ ਨਹੀਂ ਤੁਸੀਂ ਉਹ ਕਰੋ ਫੈਸਲੇ ਇੱਥੇ ਨਹੀਂ ਜੀ ਕਰੋ ਮੈਂ ਰਹਿਣ ਦੇਣੀ ਹੈ ਤੁਸੀਂ ਫੈਸਲੇ ਕਰੋ ਨਹੀਂ ਜੀ ਤੂੰ ਚੁਦਰਾਣੀ ਹੈ ਖੋਲੋ ਇਹਨੂੰ ਬਾਬਾ ਤੁਸੀਂ ਵੀ ਬਾਬਾ ਅੱਛਾ ਜੀ ਖੋਲ ਇਹਨੂੰ ਖੋਲ ਇਹਨੂੰ ਵੇਖ ਕੇ ਨਸ ਨਾ ਜਾਵੇ ਚਲ ਬਾਹਰ ਇੱਥੇ ਇੱਥੇ ਬਾਹਰ ਇੱਥੇ ਹਾਂ ਕੀ ਮਸਲਾ ਹੈ ਹੁਣ ਦੱਸ ਇਹ ਜੀ ਮੇਰਾ ਇੱਕੋ ਇੱਕੋ ਪੁੱਤਰ ਹੈ ਮੈਂ ਉੱਤੇ ਹਲ ਵਾ ਲਿਆ ਸੀ ਅੱਛਾ ਚੋਰ ਸੁਣਿਆ ਵੀ ਬੱਚਾ ਚੋਰ ਬੱਚਾ ਚੋਰ ਮੈਂ ਨਸ ਕੇ ਆਇਆ ਤੇ ਮੇਰਾ ਬੱਚਾ ਚੋਰੀ ਕਰਕੇ ਜਾ ਰਿਹਾ ਸੀ ਇਹ ਚੁੱਕ ਕੇ ਜਾ ਰਿਹਾ ਸੀ ਮੇਰਾ ਬੱਚਾ ਨਹੀਂ ਜੁਦਰਾਣੀ ਝੂਠ ਮਰੇਂਦਾ ਮੈਂ ਬੱਚਾ ਨਹੀਂ ਚਾਇਆ ਜੀ ਕਿੱਥੋਂ ਆਏ ਹੋ ਰਾਜਨਪੁਰ ਤੋਂ ਸ਼ਰੀਫ ਜੀ ਅੱਛਾ ਸਿਲਾਬ ਦੇ ਚਿੱਕੀ ਹੋਇਆ ਕਿਹੜਾ ਬੱਚਾ ਤੇਰਾ ਹੈ ਭਾਈ ਐ ਜੀ ਬੱਚਾ ਜੀ ਆ ਮੇਰਾ ਪੁੱਤਰ ਜੀ ਜਿਹਨੂੰ ਅਗਵਾ ਕਰਕੇ ਦਾਵੇ ਦੱਸ ਜੀ ਇਹ ਬੰਦੇ ਕਿਉਂ ਮਾਈਏ ਮੈਨੂੰ ਅਗਵਾ ਕਰਕੇ ਜਾ ਰਿਹਾ ਮੈਨੂੰ ਇਹ ਦਿਨ ਆ ਬਿੱਟੇ ਸ਼ੈ ਲੈ ਲਾ ਟਾਫੀਆਂ ਲਈ ਵਧਿਆ ਨੇ ਮੈਂ ਟਾਫੀਆਂ ਦਿੱਤੀਆਂ ਨੇ ਤੇ ਫਿਰ ਮੈਂ ਚਾਹ ਲਿਆ ਨੇ ਆ ਵੇਖੋ ਮੂੰਹ ਉਹਦਾ ਵੇਖੋ ਉਹ ਤਾਂ 100 ਰੁਪਏ ਦੇ ਛੱਡੇ ਇਹਨਾਂ ਨੇ ਸਹੀ ਹੈ ਕਿੰਨੇ ਬੱਚੇ ਫੜੇ ਨੇ ਦੋ 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 ਮਾਰੀ ਪੈਣੇ ਕਿਹੜੇ ਬੱਚੇ ਫੜੇ ਨੇ ਅਸੀਂ ਇਹ ਤੇ ਜੀ ਕਮਲਾ ਸਿਆਣਾ ਇਹਨੂੰ ਕੋਈ ਨਹੀਂ ਪਤਾ ਲੱਗਦਾ ਇਹ ਐਵੇਂ ਬਕਾਈਆਂ ਮਾਰਦਾ ਅਸੀਂ ਕੋਈ ਬੱਚੇ ਨਹੀਂ ਫੜੇ ਤੇਰਾ ਨਾਂ ਕੀ ਹੈ ਮੇਰਾ ਲਾਤੀ ਲਿਲੀ ਲਿਲੀ ਇੰਦਿਆ ਖਾਨ ਦਾ ਮਤਲਬ ਹੈ ਕਿੰਨੇ ਦੇ ਵੇਚਣਾ ਹੈ ਬੱਚਾ ਇੱਕ ਇੱਕ ਪੰਜ ਦਾ ਇੱਕ 10 ਦਾ ਇੱਕ 20 ਦਾ ਇਹ ਵੀ ਮਰਦਾ ਜੀ ਕਮਲਾ ਇਹਨੂੰ ਨਹੀਂ ਪਤਾ ਇਹ ਐਵੇਂ ਬੋਲੀ ਜਾਂਦਾ ਚੁੱਪ ਕਰਕੇ ਬੈਠਾ ਰਹਿ ਚੁਦਰਾਣੀ ਜੀ ਇਹ ਐਵੇਂ ਡਰਾਮੇ ਕਰਦੇ ਨੇ ਠੀਕ ਹੈ ਨਾ ਕੋਈ ਭੋਲਾ ਬਣ ਜਾਂਦਾ ਕੋਈ ਮਸਤ ਬਣ ਜਾਂਦਾ ਆ ਇਸ ਡਰਾਮੇ ਕਰਦੇ ਨੇ ਇਹ ਪੂਰੇ ਦਾ ਪੂਰਾ ਗਰੁੱਪ ਹੈ ਇਹ ਬੱਚੇ ਚੱਕਦੇ ਨੇ ਕਿਸੇ ਦੇ ਮੈਂ ਸੁਣਿਆ ਠੀਕ ਹੈ ਕਿਸੇ ਦੇ ਗੁਰਦੇ ਕੱਢਦੇ ਪਏ ਕਿਸੇ ਦੇ ਕੋਈ ਚੀਜ਼ ਕੱਢਦੇ ਪਏ ਆ ਔਰ ਕਿਸੇ ਨੂੰ ਜਾ ਕੇ ਵੇਚਦੇ ਪਏ ਇਹ ਵੀ ਪਤਾ ਕੋਈ ਨਹੀਂਗਾ ਵੇਚਦੇ ਕਿਹਨੂੰ ਨੇ ਜਾ ਕੇ ਵੇ ਤੇਰਾ ਖਾਨਾ ਖਰਾਬ ਹੋਏ ਵੇ ਉਹ ਮਾਸੂਮ ਬੱਚਿਆਂ ਨੂੰ ਤੁਸੀਂ ਫੜ ਕੇ ਲੈ ਜਾਂਦੇ ਹੋ ਤੁਸੀਂ ਉਹਨਾਂ ਦਾ ਕਰਦੇ ਕੀ ਹੋ ਚਲੋ ਤੂੰ ਤੇ ਭੋਲਾ ਇਹ ਬੀਬੀ ਤੂੰ ਤੇ ਸਿਆਣੀ ਹੈ ਤੂੰ ਦੱਸ ਗੱਲ ਸੁਣੋ ਜੀ ਚੁਦਰਾਣੀ ਜੀ ਅਸੀਂ ਬੱਚੇ ਨਹੀਂ ਅਗਵਾ ਕਰਦੇ ਇਹ ਤੁਹਾਨੂੰ ਗਲਤ ਫਹਿਮੀ ਹੋਈ ਹੈ ਅਸੀਂ ਤੇ ਰਾਜਨਪੁਰੋਂ ਆਏ ਹਾਂ
ਸਲਾਬ ਦੇ ਮਾਰੇ ਹੋਏ ਆ ਅਸੀਂ ਤੇ ਅਮਦਾਦ ਮੰਗਦੇ ਫਿਰਦੇ ਆ ਇੱਥੇ ਲੋਕਾਂ ਕੋਲੋਂ ਸਾਡੇ ਤਾਂ ਬੱਚੇ ਵਿਚਾਰੇ ਭੁੱਖੇ ਬੈਠੇ ਨੇ ਐ ਅਮਦਾਦ ਮੰਗਣ ਵਾਲੀ ਤੇਰੀ ਸ਼ਕਲ ਏ ਇਦਾਂ ਹੈ ਨਾ ਕਿ ਅਗਰ ਫਟੇ ਹਾਲ ਪੁਰਾਣੇ ਕੱਪੜੇ ਮੈਲਾ ਕਚੈਲਾ ਮੂੰਹ ਲੈ ਕੇ ਚਲ ਜਾਈਏ ਤਾਂ ਕੋਈ ਸਾਡੀ ਗੱਲ ਵੀ ਨਹੀਂ ਸੁਣਦਾ ਦੂਰੋਂ ਕਹਿ ਦਿੰਦੇ ਨੇ ਜਾ ਬੀਬੀ ਜਾ ਮਾਫ਼ ਕਰ ਕੋਈ ਗੱਲ ਵੀ ਨਹੀਂ ਸਾਡੀ ਸੁਣ ਕੇ ਰਾਜੀ ਤਾਂ ਵਾਸਤੇ ਥੋੜਾ ਸਾਫ਼ ਸੁਥਰਾ ਹੋ ਕੇ ਆਈਦਾ ਕਿ ਕਮ ਸੇ ਕਮ ਅਗਲਾ ਬੰਦਾ ਸਾਡੀ ਗੱਲ ਤੇ ਸੁਣੇ ਇਸੇ ਵਾਸਤੇ ਤੁਸੀਂ ਪਾਰਲਰ ਤੋਂ ਤਿਆਰ ਹੋ ਕੇ ਆਉਂਦੀਆਂ ਜੇ ਕਿ ਅਸੀਂ ਹੁਣ ਬੱਚੇ ਫੜਨ ਚੱਲੀਆਂ ਜਾਂ ਮੰਗਣ ਚੱਲੀਆਂ ਐਸੀ ਕੋਈ ਗੱਲ ਨਹੀਂ ਜੇ ਤੁਹਾਨੂੰ ਇੱਕ ਗਲਤ ਫਹਿਮੀ ਹੋ ਗਈ ਹੈ ਸਾਡੇ ਆਪਣੇ ਵੀ ਛੋਟੇ ਛੋਟੇ ਬੱਚੇ ਨੇ ਅਸੀਂ ਤਾਂ ਉਹਨਾਂ ਵਾਸਤੇ ਇਮਦਾਦ ਮੰਗਦੇ ਫਿਰਦੇ ਹਾਂ ਸਾਨੂੰ ਕੀ ਲੋੜ ਪਈ ਕਿਸੇ ਦੀਆਂ ਗੋਦਾਂ ਨੂੰ ਉਜਾੜ ਦਈਏ ਅਸੀਂ ਐਵੇਂ ਹਾਂ ਬਾਈ ਤੂੰ ਦੱਸ ਕਿੰਨੇ ਬੱਚੇ ਚੁੱਕੇ ਜੇ ਕਿੱਥੋਂ ਕਿੱਥੋਂ ਚੁੱਕੇ ਜੇ ਲੈ ਸੁਣ ਲੈ ਤੇ ਬਕਵਾਸ ਕਰਦੇ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਕਮਲਾ ਸਿਆਉਣਾ ਇਹਨੂੰ ਕੋਈ ਨਹੀਂ ਪਤਾ ਖੁਦਾ ਦਾ ਖੌਫ ਖਾਓ ਤੁਹਾਡੇ ਆਪਣੇ ਵੀ ਤੁਸੀਂ ਕਹਿੰਦੇ ਪਿਓ ਕਿ ਮੇਰੇ ਵੀ ਬੱਚੇ ਨੇ ਅਗਰ ਜੇ ਕੋਈ ਤੁਹਾਡੇ ਬੱਚਿਆਂ ਨੂੰ ਇਦਾਂ ਚੁੱਕ ਲਵੇ ਤੇ ਤੁਹਾਡੇ ਤੇ ਕੀ ਗੁਜ਼ਰੇ ਦੀ ਉਹਨਾਂ ਮਾਵਾਂ ਦੇ ਕੀ ਹਾਲ ਹੋਣੇ ਨੇ ਜਿਹੜੇ ਤੁਸੀਂ ਬੱਚੇ ਚੁੱਕਦੇ ਹੋ ਤੇ ਬਾਕੀ ਤੁਸੀਂ ਇਹ ਆਪਣੇ ਦਿਮਾਗ ਵਿੱਚੋਂ ਕੱਢ ਦਿਓ ਕਿ ਸਾਨੂੰ ਥਾਣੇ ਦੇਣਗੇ ਉਦੋਂ ਤਾਂ ਤੁਸੀਂ ਛੁੱਟ ਜਾਂਦੇ ਹੋ ਨਾ ਮੇਰੀ ਅਦਾਲਤ ਵਿੱਚੋਂ ਕੋਈ ਨਹੀਂ ਛੁੱਟਦਾ ਸਮਝ ਆਈ ਤੇ ਖੂਬ ਵਹਿੰਦਾ ਪਿਓ ਨਾ ਮੈਨੂੰ ਸੱਚ ਸੱਚ ਦੱਸੋ ਕਿੰਨੇ ਬੱਚੇ ਚੁੱਕੇ ਜੇ ਕਿੱਥੋਂ ਕਿੱਥੋਂ ਚੁੱਕੇ ਜੇ ਵਰਨਾ ਮੈਂ ਤੁਹਾਨੂੰ ਖੂਹ ਚ ਲਟਕਾ ਦੇਣਾ ਪਤਲਾ ਬਾਲ ਪਤਲਾ ਬਾਲ ਮੈਂ ਬਕਵਾਸ ਕਰੀ ਜਾਣਾ ਚੁੱਪ ਕਰਕੇ ਨਹੀਂ ਬਹਿ ਸਕਦਾ ਐ ਮੈਨੂੰ ਸਮਝ ਨਹੀਂ ਆਉਂਦੀ ਪਈ ਕਿ ਜਿੰਨੀਆਂ ਵੀ ਇਹ ਗੈਂਗਾਂ ਲਈਆਂ ਫਿਰਦੀਆਂ ਨੇ ਬੱਚਿਆਂ ਵਾਲੀਆਂ ਇਹ ਜਿਹੜੀ ਜਗ੍ਹਾ ਤੋਂ ਬੱਚਾ ਫੜਦੇ ਨੇ ਉੱਥੇ ਆਪ ਹੀ ਫੜੇ ਜਾਂਦੇ ਨੇ ਇੰਨੇ ਐਕਸਪਰਟ ਤੇ ਹੈ ਨਹੀਂ ਦੇ ਹੈ ਕਿ ਅਸੀਂ ਬੱਚਾ ਅਗਰ ਹੁਣ ਫੜ ਲਿਆ ਹੈ ਇਹਨੂੰ ਅਸੀਂ ਕਿੱਥੇ ਲੈ ਕੇ ਜਾਣਾ ਹੈ ਇਹਨੂੰ ਅਸੀਂ ਕਿੱਥੇ ਭੇਜਣਾ ਹੈ ਜਿੰਨੇ ਵੀ ਬੱਚੇ ਫੜੀ ਚੇ ਨੇ ਉਹ ਕਿਸੇ ਨਾ ਕਿਸੇ ਤਰੀਕੇ ਆਪਣੇ ਘਰ ਪਹੁੰਚਦੇ ਪਏ ਨੇ ਠੀਕ ਹੈ ਨਾ ਉਹ ਇਹ ਨਹੀਂ ਕਿ ਉਹਨਾਂ ਨੂੰ ਕਿਤੇ ਲੈ ਕੇ ਚਲੇ ਗਏ ਨੇ ਜਾਂ ਉਹ ਇਹ ਕਰ ਲਿਆ ਇਹ ਮੈਨੂੰ ਕੁਝ ਸਮਝ ਨਹੀਂ ਆਉਂਦੀ ਵੀ ਅਫਵਾਹ ਤੇ ਫੈਲੀ ਪਈ ਹੈ ਕਿ ਬੱਚੇ ਚੁੱਕੇ ਗਏ ਉਹ ਇਲਾਕੇ 'ਚੋਂ 4 ਚੁੱਕੇ ਗਏ ਉਸ ਇਲਾਕੇ 'ਚੋਂ 20 ਚੁੱਕੇ ਗਏ ਉਸ ਇਲਾਕੇ 'ਚੋਂ 30 ਚੁੱਕੇ ਗਏ ਮੈਨੂੰ ਨਹੀਂ ਸਮਝ ਆਉਂਦੀ ਸੁਬਾਹ ਨੂੰ ਜੀ ਬੱਚੇ ਚੁੱਕੀਂਦੇ ਨੇ ਸ਼ਾਮ ਨੂੰ ਟੀਮ ਵੀ ਫੜੀ ਜਾਂਦੀ ਹੈ ਤੇ ਬੱਚੇ ਵੀ ਵਾਪਸ ਆ ਜਾਂਦੇ ਨੇ ਕੁਝ ਸਮਝ ਨਹੀਂ ਆਉਂਦੀ ਵੀ ਇਹ ਹੁੰਦਾ ਕੀ ਪਿਆ ਹੈ ਜੀ ਚੁਦੈਣ ਤੁਸੀਂ ਸਹੀ ਕਹਿ ਰਹੇ ਹੋ ਮੇਰੇ ਅੱਖਾਂ ਵੇਖਿਆ ਇੱਕ ਵਾਕਿਆ ਵੀ ਨਹੀਂ ਮੈਂ ਸਾਡਾ ਗਵਾਂਢੀ ਉਹਦਾ ਬੱਚਾ ਚੱਕਿਆ ਗਿਆ ਉਹਨਾਂ ਨੇ ਕੀ ਕੀਤਾ ਜੀ ਉਹਦੇ ਇੰਜੈਕਸ਼ਨ ਲਾਇਆ ਆ ਜਿਵੇਂ ਉਹਦੇ ਇੰਜੈਕਸ਼ਨ ਲੱਗਾ ਉਹਦਾ ਦਿਮਾਗ ਮਾਊਫ ਹੋ ਗਿਆ ਜਿਵੇਂ ਉਹ ਕਹਿੰਦੇ ਗਏ ਉਵੇਂ ਕਰਦਾ ਗਿਆ ਉਹਨੂੰ ਉੱਥੇ ਕਾਰ 'ਚ ਬਿਠਾਇਆ ਬਿਠਾ ਕੇ ਉਹ ਲੈ ਗਏ ਰਾਹ ਦੇ ਵਿੱਚ ਹੋਟਲ ਦੇ ਉੱਤੇ ਉਹਨਾਂ ਨੇ ਖਾਣਾ ਖਾਧਾ ਰੁਕੇ ਆ ਬੱਚੇ ਦੇ ਨਾ ਹੱਥ ਬੰਨੇ ਹੋਏ ਨਾ ਪੈਰ ਬੰਨੇ ਹੋਏ ਔਰ ਗੱਡੀ ਦੇ ਉਹ ਵੀ ਸ਼ੀਸ਼ੇ ਵੀ ਦਰਵਾਜ਼ੇ ਵੀ ਖੁੱਲ੍ਹੇ ਸੀਗੇ ਠੀਕ ਹੈ ਉਹ ਰੋਟੀ ਖਾਂਦੇ ਪਏ ਆ ਬੱਚਾ ਉੱਥੋਂ ਉੱਠਿਆ ਗੱਡੀ ਦੇ ਵਿੱਚੋਂ ਨਿਕਲ ਕੇ ਭੱਜ ਗਿਆ ਬਾਹਰ ਜਾ ਕੇ ਮੋਬਾਈਲਾਂ ਦੀ ਦੁਕਾਨ 'ਚ ਵੜ ਗਿਆ ਬੱਚਾ ਉੱਥੇ ਜਦੋਂ ਉਹਨੇ ਜੇਬ 'ਚ ਹੱਥ ਪਾਇਆ ਮੋਬਾਈਲ ਵੀ ਉਹਦਾ ਜੇਬ ਦੇ ਵਿੱਚ ਆ ਪੈਸੇ ਵੀ ਨਾ ਪੈਸੇ ਉਹਨਾਂ ਨੇ ਕੱਢੇ ਨਾ ਉਹਦਾ ਮੋਬਾਈਲ ਕੱਢਿਆ ਠੀਕ ਹੈ ਉੱਥੋਂ ਉਹਨੇ ਕਾਲ ਕੀਤੀ ਆ ਕਰਕੇ ਘਰ ਦੱਸਦਾ ਪਿਆ ਜੀ ਮੈਂ ਲਾਹੌਰ ਬੈਠਾ ਹਾਂ ਅਤੇ ਮੈਨੂੰ ਇਸ ਤਰ੍ਹਾਂ ਬੰਦੇ ਫੜ ਕੇ ਲੈ ਆਏ ਨੇ ਇੱਥੇ ਅੱਛਾ ਅਤੇ ਫਿਰ ਕੀ ਹੋਇਆ ਫਿਰ ਕੀ ਹੋਣਾ ਸੀ ਜੀ ਬੱਚੇ ਦੇ ਘਰਦਿਆਂ ਨੇ 2 ਗੱਡੀਆਂ ਕਰਾਈਆਂ ਕਾਰਾਂ ਕਰਾ ਕੇ ਤੋੜ ਪਹੁੰਚੇ ਆ ਬੱਚਾ ਠੀਕ ਠਾਕ ਓਕੇ ਬੈਠਾ ਸੀਗਾ ਉਹਨੂੰ ਨਾਲ ਬਿਠਾਇਆ ਘਰ ਆ ਗਏ ਇਹੋ ਹੀ ਤਾਂ ਗੱਲ ਹੈ ਭੋਲੇ ਮੈਨੂੰ ਇਹੀ ਤਾਂ ਸਮਝ ਨਹੀਂ ਆਉਂਦੀ ਕਿ ਬੱਚਾ ਫੜਦੇ ਵੀ ਨੇ ਇੰਜੈਕਸ਼ਨ ਵੀ ਲਾਉਂਦੇ ਨੇ ਫਿਰ ਗੱਡੀ 'ਚ ਵੀ ਪਾਉਂਦੇ ਨੇ ਠੀਕ ਹੈ ਗੱਡੀ 'ਚ ਪਾਉਂਦੇ ਨੇ ਨਾ ਉਹਦੇ ਹੱਥ ਬੰਨਦੇ ਨੇ ਨਾ ਮੂੰਹ ਬੰਨਦੇ ਨੇ ਨਾ ਪੈਰ ਬੰਨਦੇ ਨੇ ਫਿਰ ਜਾ ਕੇ ਆਰਾਮ ਨਾਲ ਰੋਟੀਆਂ ਖਾਣੇ ਪੀਣੇ ਸਾਰਾ ਕੁਛ ਕਰਦੇ ਨੇ ਠੀਕ ਹੈ ਬੱਚੇ ਨੂੰ ਹੋਸ਼ ਆ ਗਈ ਅਤੇ ਉਹ ਨਿਕਲ ਗਿਆ ਅਤੇ ਜੇ ਨਾ ਹੋਸ਼ ਆਈ ਤਾਂ ਲੈ ਗਏ ਅਤੇ ਜੇ ਅਗਰ ਹੋਸ਼ ਆਉਂਦੀ ਵੀ ਹੈ ਬੱਚਾ ਨਿਕਲਦਾ ਵੀ ਹੈ ਭੋਲੇ ਸਮਝਦਾਰ ਹੈ ਬੱਚਾ ਨਿਕਲਦਾ ਵੀ ਹੈ ਗੱਡੀ 'ਚੋਂ ਅਤੇ ਹਰ ਆਸੇ ਪਾਸੇ ਲੋਕ ਤਾਂ ਵਹਿੰਦੇ ਨੇ ਕਿ ਇਹਨਾਂ ਦਾ ਗੱਡੀ 'ਚੋਂ ਬੱਚਾ ਨਿਕਲ ਗਿਆ ਬਾਹਰ ਉਹ ਚੁੱਪ ਕਰਕੇ ਗੱਡੀ 'ਚ ਬਹਿੰਦੇ ਨੇ ਗੱਡੀ 'ਚ ਬਹਿ ਕੇ ਉਹ ਗਏ ਮੈਨੂੰ ਤਾਂ ਲੱਗਦਾ ਹੈ ਡਾਕਟਰ ਕਿ ਇਹਨਾਂ ਨੇ ਇਹਨਾਂ ਦੇ ਦਿਮਾਗਾਂ ਨੂੰ ਇੰਜੈਕਸ਼ਨ ਲੱਗੇ ਨੇ ਇਹਨਾਂ ਨੂੰ ਹੀ ਇੰਜੈਕਸ਼ਨ ਲੱਗੇ ਪਏ ਨੇ ਇਹ ਮੈਨੂੰ ਲੱਗਦਾ ਕਿ ਫੜਨ ਵਾਲੇ ਵੀ ਸਾਰੇ ਮੈਨੂੰ ਲੱਗਦਾ ਇਹਨਾਂ ਦੇ ਵੀ ਦਿਮਾਗ ਸੁੰਨ ਹੋਏ ਨੇ ਦਿਮਾਗ ਸੁੰਨ ਨਹੀਂ ਹੋਏ ਜੀ ਹਾਂ ਬਈ ਤੇਰੇ ਨਾਲ ਤਾਂ ਨਹੀਂ ਇਹਨਾਂ ਨੇ ਐਵੇਂ ਕੀਤਾ ਨਹੀਂ ਨਹੀਂ ਚੁਦਰਾਣੀ ਸਾਹਿਬਾ ਇਹਨੇ ਮੈਨੂੰ ਸੱਦਿਆ ਆ ਬੇਟਾ ਟਾਫੀਆਂ ਲੈ ਲੈ ਟਾਫੀਆਂ ਮੈਂ ਗਈਆਂ ਐਂ ਕਰਕੇ ਸਭਾ ਮੇਰੀ ਫੜੀ ਐ ਜਿਹੜਾ ਬੈਠਾ ਐ ਤੇ ਮੈਂ ਬਾਂਹ ਛਡਾ ਕੇ ਵੱਜ ਪਿਆ ਤੇ ਫਿਰ ਮੈਂ ਛੋਰ ਪਾਇਆ ਐ ਸਾਰੇ ਇਕੱਠੇ ਹੋਏ ਤੇ ਕਮਾਂ ਦੇ ਚ ਵਾੜ ਗਏ ਘੋੜੀ ਛੱਕਾ ਲਾ ਲੇ ਤੇ ਜੀ ਅਗਰ ਇਹ ਬੱਚੇ ਫੜਨ ਵਾਲੇ ਬੱਚਾ ਵੀ ਗੱਲ ਸਹੀ ਕਰਦਾ ਪਿਆ ਜੇਕਰ ਬੀਬੀ ਤੁਹਾਡੇ ਦਿਲ 'ਚ ਚੋਰ ਨਾ ਹੁੰਦਾ ਜੇਕਰ ਤੁਸੀਂ ਬੱਚੇ ਫੜਨ ਵਾਲੇ ਨਾ ਹੁੰਦੇ ਫਿਰ ਤੁਹਾਡਾ ਕਮਾਂਦ ਵਿੱਚ ਕੀ ਕੰਮ ਸੀ ਫਿਰ ਤੁਸੀਂ ਕਮਾਂਦ ਵਿੱਚ ਕਾਹਦੇ ਲਈ ਭੱਜੇ ਫਿਰ ਤੁਸੀਂ ਉੱਥੇ ਖਲੋਂਦੇ ਨਾ ਕਿ ਭਾਈ ਅਸੀਂ ਬੱਚੇ ਫੜਨ ਵਾਲੇ ਨਹੀਂ ਆ ਫਿਰ ਤੁਸੀਂ ਕਮਾਂਦ 'ਚ ਕਿਉਂ ਵੜੇ
बच्चे नहीं फड़दे फिरदे, असीं चंगे सलाब दे मारे होए आ, अग्गे साडा सारा कुछ लुड़ पुड़ गया, साडे बच्चे आप की कहने ना रोड दे उत्ते बैठे ने, असीं ते इमदाद मंगण वास्ते आए आ, ते साडा कोई ऐसा इरादा नहीं है ते ना ही असीं इस बच्चे नूं फड़िया। ये तो मेरे को टाफियां सन तो मैं कह लिया मेरा पुत टाफी लै ला, तो यह जो मेरा भरा है भोला इन्हें हाथ लाया तो डर के भज पिया, तो जो इन्होंने शोर मचाया चोर चोर का एक कमला सियाणा जहा नस पिया अगे तो मैं इनू फड़न वास्ते भजिया भी कितने गिर ना जाए कि ठुडा लगे तो होर ही अपना सिर मूँह बनाई बैठा हो। सारे ने कह दिता जी बच्चे अगवा करते फिरते हैं, भला दसो साढ़े अपने भी छोटे छोटे बच्चे ने, असी तो आप उन्होंने रोटी टुकर वास्ते भजे फिरने, लोगों को अमदाद मंगते फिरने भी साढ़े बच्चों वास्ते कोई अमदाद करो, साढ़े बच्चे भुखे प्यासे बैठे ने। चौधराणी जी साढ़े उत्ते रहम करो, उत्ते रब की जात है तो थले ताड़े वर्गे भैन भरावान का साथ है, असी तगे लुटी पुटी गए, साढ़ा हर शहर रुड़ गई है, तो तुम भी साढ़े नाल एवं करोगे तो किवें गुजारा होएगा, साढ़े बच्चों उत्ते रहम खाओ तरस खाओ साढ़े उत्ते, असी बच्चे फड़न वाले नहीं है। क्यों पिंड आ लियो हुण की करना चाहिए इन्हों का? चौधराणी जी जिवें तुहाडा फैसला होवे। मैं बस ये कर सकनी हाँ कि मैं इन्हों खूह च नहीं लटकांदी, ठीक है, मैं 15 से कॉल करनी हाँ, ठीक है, खुशगा पुलिस आएगी आपे इन्हों लै जाएगी, पुलिस जाने ते आ जाना। बिल्कुल सही आख्या चौधराणी साहब ने। क्यों सही किया फैसला पिंड आ लियो? बिल्कुल सही है जी। चलो वो आपे सारी इन्वेस्टिगेशन कर लेंगे जी। हेलो पुलिस स्टेशन। हाँ जी मैं चौधराणी नूरी बोल दी पई हां। हां जी बोलो। मस्तपुर तू ते तुसी एदा करो कि मेरे डेरे ते आओ, दो बच्चे फड़न वाले फड़े ने ते ओ ले जाओ। हां जी लोटी लई आवन ता आई लई आवन। इन्हां नूं बिठाओ जी असी आ रहे हां जी 5 मिंट च। ठीक हो गया ठीक हो गया, जल्दी पहुंचो। अच्छा जी। ओए मलंगी जा जाके करो खाना लिया के ना इन्हां नूं खवा, क्योंकि ए मेरे डेरे ते आए ने, ए मेरा फर्ज बनदा है, बाकी पुलिस जाने ते ए जानन। Oh.